ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਨਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ। ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਆਪਣੀਆਂ ਕੁਝ ਉਹਨਾਂ ਆਦਤਾਂ ਬਾਰੇ ਜੋ ਸਾਡੀ ਜ਼ਿੰਦਗੀ ਨੂੰ ਬਦਲ ਸਕਦੀਆਂ ਨੇ। ਸਵੇਰੇ ਉੱਠਦਿਆਂ ਸਾਰ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਜੇਕਰ ਆਪਾਂ ਇਹ ਚਾਰ ਕੰਮ ਕਰਨੇ ਸ਼ੁਰੂ ਕਰ ਦੇਈਏ, ਇਹ ਚਾਰਾਂ ਕੰਮਾਂ ਨੂੰ ਆਪਣੀ ਪੱਕੀ ਆਦਤ ਬਣਾ ਲਈਏ ਤਾਂ ਸਾਡੀ ਜ਼ਿੰਦਗੀ ਦੇ ਵਿੱਚੋਂ ਕਈ ਦੁੱਖ ਤਕਲੀਫਾਂ ਪਰੇਸ਼ਾਨੀਆਂ ਟੈਨਸ਼ਨਾਂ ਮੁੱਕ ਸਕਦੀਆਂ ਨੇ। ਸਾਡੀ ਜ਼ਿੰਦਗੀ ਦੇ ਵਿੱਚ ਤੰਦਰੁਸਤੀ, ਤਰੱਕੀ, ਖੁਸ਼ਹਾਲੀ, ਬਰਕਤ ਆਉਣੀ ਸ਼ੁਰੂ ਹੋ ਜਾਵੇਗੀ। ਤਾਂ ਫਿਰ ਇਹ ਚਾਰ ਆਦਤਾਂ, ਚਾਰ ਕੰਮ ਕਿਹੜੇ ਨੇ ਉਹਨਾਂ ਬਾਰੇ ਆਪਾਂ ਗੱਲ ਕਰਨੀ ਆ। ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਿਓ, ਕਿਉਂਕਿ ਜਦੋਂ ਆਪਾਂ ਅੱਧੀ ਅਧੂਰੀ ਗੱਲ ਸੁਣਦੇ ਹਾਂ ਤਾਂ ਗੱਲ ਦੀ ਪੂਰੀ ਸਮਝ ਹੀ ਨਹੀਂ ਆਉਂਦੀ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਆ। ਵੀਡੀਓ ਨੂੰ ਪੂਰਾ ਸੁਣਿਓ, ਜੇ ਤੁਹਾਨੂੰ ਚੰਗੀ ਲੱਗੀ ਫਿਰ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ, ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ, ਆਪਣੇ ਸੁਝਾਅ ਜ਼ਰੂਰ ਦੱਸਿਆ ਕਰੋ। ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਦੇਖੋ ਸੰਗਤ ਜੀ, ਹਰ ਸਫਲ ਇਨਸਾਨ ਦਾ ਇਹ ਮੰਨਣਾ ਹੈ ਕਿ ਇਨਸਾਨ ਦੀਆਂ ਆਦਤਾਂ ਅਤੇ ਉਹਦਾ ਸੁਭਾਅ ਉਹਦੀ ਜ਼ਿੰਦਗੀ ਦੇ ਵਿੱਚ ਬਹੁਤ ਮਾਇਨੇ ਰੱਖਦਾ ਹੈ। ਸਾਨੂੰ ਜੋ ਵੀ ਮਿਲਦਾ ਹੈ ਸਾਡੀਆਂ ਆਦਤਾਂ ਸਾਡੇ ਸੁਭਾਅ ਕਰਕੇ ਮਿਲਦਾ ਹੈ। ਤਾਂ ਇਸ ਲਈ ਜੇ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਤੰਦਰੁਸਤੀ, ਤਰੱਕੀ, ਖੁਸ਼ਹਾਲੀ ਚਾਹੁੰਦੇ ਹਾਂ ਤਾਂ ਕੁਝ ਚੰਗੀਆਂ ਆਦਤਾਂ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣੀਆਂ ਪੈਣਗੀਆਂ। ਇਹ ਆਦਤਾਂ ਨੂੰ ਪੱਕੇ ਨਿਯਮ ਬਣਾਉਣਾ ਪੈਣਾ ਹੈ। ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਵੇਰੇ ਸਵੇਰ ਉੱਠਦਿਆਂ ਸਾਰ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਦੀਆਂ ਕੁਝ ਚੰਗੀਆਂ ਆਦਤਾਂ ਆਪਾਂ ਆਪ ਜੀ ਦੇ ਨਾਲ ਸਾਂਝੀਆਂ ਕਰਾਂਗੇ, ਜਿਨ੍ਹਾਂ ਨੂੰ ਅਪਣਾ ਕੇ ਸਾਡੀ ਜ਼ਿੰਦਗੀ ਦੇ ਕਈ ਦੁੱਖ ਦੂਰ ਹੋ ਸਕਦੇ ਆ। ਤਾਂ ਸਭ ਤੋਂ ਪਹਿਲੀ ਆਦਤ ਤਾਂ ਸਾਡੀ ਇਹ ਹੋਵੇ ਕਿ ਅਸੀਂ ਸਵੇਰੇ ਜਲਦੀ ਉੱਠੀਏ, ਅੰਮ੍ਰਿਤ ਵੇਲੇ ਦੇ ਵਿੱਚ ਉੱਠੀਏ। ਹਰ ਸਫਲ ਇਨਸਾਨ, ਹਰ ਵਿਦਵਾਨ ਪੁਰਖ, ਕਮਾਈ ਵਾਲੇ ਸੰਤ ਮਹਾਂਪੁਰਖ ਜੀ ਸਾਨੂੰ ਸਵੇਰੇ ਜਲਦੀ ਉੱਠਣ ਦੀ ਸਲਾਹ ਦਿੰਦੇ ਨੇ ਕਿ ਭਾਈ ਜਲਦੀ ਉੱਠੋ, ਅੰਮ੍ਰਿਤ ਵੇਲੇ ਦੇ ਵਿੱਚ ਉੱਠੋ, ਕਿਉਂਕਿ ਇਹ ਵੇਲਾ ਹੀ ਬੜਾ ਪਾਵਰਫੁੱਲ, ਬੜਾ ਪਵਿੱਤਰ ਵੇਲਾ ਹੈ। ਇਸ ਵੇਲੇ ਦੇ ਵਿੱਚ ਉੱਠ ਕੇ ਜਿਸ ਤਰ੍ਹਾਂ ਇੱਕ ਵੱਖਰੀ ਹੀ ਪਾਵਰ, ਊਰਜਾ, ਐਨਰਜੀ ਮਿਲਦੀ ਆ, ਤਾਂ ਇਹ ਵੇਲੇ ਦੇ ਵਿੱਚ ਉੱਠਣਾ ਹੈ। 3 ਤੋਂ 4 ਦੇ ਵਿੱਚ ਹਰ ਹਾਲ ਦੇ ਵਿੱਚ ਉੱਠ ਜਾਣਾ ਚਾਹੀਦਾ ਹੈ। ਕਈ ਲੋਕਾਂ ਨੂੰ ਲੱਗਦਾ ਵੀ ਅੰਮ੍ਰਿਤ ਵੇਲਾ ਸਿਰਫ ਉਹਨਾਂ ਲੋਕਾਂ ਦੇ ਲਈ ਜ਼ਰੂਰੀ ਹੈ ਜਿਨ੍ਹਾਂ ਨੇ ਉੱਠ ਕੇ ਪਾਠ ਪੂਜਾ ਕਰਨੀ ਹੋਵੇ, ਪਰ ਨਹੀਂ, ਅੰਮ੍ਰਿਤ ਵੇਲੇ ਉੱਠਣਾ ਹਰ ਇਨਸਾਨ ਦੇ ਲਈ ਜ਼ਰੂਰੀ ਆ। ਕੁਝ ਲੋਕ ਉਪਰਮ ਪਿਤਾ ਪਰਮਾਤਮਾ ਦੇ ਲਈ ਉੱਠਦੇ ਨੇ, ਕੁਝ ਲੋਕ ਆਪਣੇ ਸਰੀਰ ਦੀ ਤੰਦਰੁਸਤੀ ਦੇ ਲਈ, ਜਿਹੜੇ ਸਟੂਡੈਂਟ ਨੇ, ਵਿਦਿਆਰਥੀ ਨੇ, ਉਹ ਸਵੇਰੇ ਸਵੇਰੇ ਉੱਠ ਕੇ ਪੜ੍ਹਾਈ ਕਰਦੇ ਨੇ, ਕਿਉਂਕਿ ਇਹ ਵੇਲਾ ਬਹੁਤ ਪਾਵਰਫੁੱਲ ਆ। ਇਸ ਵੇਲੇ ਦੇ ਵਿੱਚ ਸ਼ਾਂਤੀ, ਸਕੂਨ ਹੁੰਦਾ ਹੈ, ਕੋਈ ਗੱਡੀਆਂ ਮੋਟਰਾਂ ਦਾ ਧੂੰਆਂ, ਪ੍ਰਦੂਸ਼ਣ ਨਹੀਂ, ਬਿਲਕੁਲ ਸਾਫ਼ ਸ਼ੁੱਧ ਵਾਤਾਵਰਨ, ਜੋ ਸਾਡੇ ਸਰੀਰ ਦੇ ਲਈ ਬਹੁਤ ਫਾਇਦੇਮੰਦ ਆ। ਤਾਂ ਇਸ ਕਰਕੇ ਇਸ ਵੇਲੇ ਦੇ ਵਿੱਚ ਉੱਠਣਾ ਹੈ। ਉੱਠਦਿਆਂ ਸਾਰ ਪਹਿਲਾਂ ਆਪਣੇ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰਨਾ ਹੈ। ਕੋਈ ਵੀ ਮਨੁੱਖ ਹੈ ਕਿਸੇ ਵੀ ਧਰਮ ਦੇ ਵਿੱਚ, ਹਰ ਇੱਕ ਦੇ ਲਈ ਅੰਮ੍ਰਿਤ ਵੇਲੇ ਉੱਠਣਾ ਜ਼ਰੂਰੀ ਆ। ਉੱਠਦਿਆਂ ਸਾਰ ਆਪਣੇ ਮਾਲਕ ਨੂੰ ਯਾਦ ਕਰਨਾ ਚਾਹੀਦਾ ਹੈ। ਜੋ ਸਿੱਖ ਧਰਮ ਦੇ ਵਿੱਚ ਨੇ, ਉਹ ਸਵੇਰੇ ਉੱਠਦਿਆਂ ਸਾਰ ਵਾਹਿਗੁਰੂ ਜੀ ਦਾ ਜਾਪ ਕਰਕੇ, ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਕੇ, ਫਿਰ ਹੀ ਆਪਣੇ ਬਿਸਤਰ ਤੋਂ ਪੁੰਜੇ ਜ਼ਮੀਨ 'ਤੇ ਪੈਰ ਲਾਉਣਾ ਚਾਹੀਦਾ ਹੈ। ਪਹਿਲਾਂ ਮਾਲਕ ਦਾ ਸ਼ੁਕਰਾਨਾ ਕਰਨਾ ਜ਼ਰੂਰੀ ਆ, ਫਿਰ ਇਸ਼ਨਾਨ ਕਰਨਾ, ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਨਾ ਜ਼ਰੂਰੀ ਆ, ਅਤੇ ਸਵੇਰੇ ਸਵੇਰ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। 1-2 ਗਲਾਸ ਪਾਣੀ ਦੇ ਜੇ ਪੀਏ ਤਾਂ ਸਾਡਾ ਸਰੀਰ ਬਿਲਕੁਲ ਤੰਦਰੁਸਤ ਨਰਵਾ ਰਹਿੰਦਾ ਹੈ। ਮੌਸਮ ਦੇ ਅਨੁਸਾਰ ਪਾਣੀ,
ਜਿਵੇਂ ਹੁਣ ਸਰਦੀ ਆ ਤਾਂ ਆਪਾਂ ਗਰਮ ਪਾਣੀ ਪੀ ਸਕਦੇ ਹਾਂ। ਕਈ ਲੋਕ ਸਰਦੀ ਗਰਮੀ ਗਰਮ ਪਾਣੀ ਜ਼ਰੂਰ ਪੀਂਦੇ ਨੇ, ਪਰ ਕਈਆਂ ਨੂੰ ਗਰਮ ਪਾਣੀ ਤੋਂ ਕਹਿ ਦਿੰਦੇ ਆ ਵੀ ਸਾਨੂੰ ਪ੍ਰੋਬਲਮ ਹੁੰਦੀ ਆ, ਤਾਂ ਉਹ ਗੁਣਗੁਣਾ ਜਿਹਾ ਕੋਸਾ ਜਿਹਾ ਪਾਣੀ ਪੀ ਸਕਦੇ ਆ। ਮੌਸਮ ਦੇ ਅਨੁਸਾਰ ਆਪਣੇ ਆਪਾਂ ਨੂੰ ਸਵੇਰੇ ਸਵੇਰ ਉੱਠ ਕੇ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਇਹ ਆਦਤ ਬਹੁਤ ਚੰਗੀ ਆ। ਸਵੇਰੇ ਸਵੇਰ ਦਾ ਇਸ਼ਨਾਨ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਆ, ਕਿਉਂਕਿ ਜਿੰਨੀ ਦੇਰ ਤੱਕ ਆਪਾਂ ਇਸ਼ਨਾਨ ਨਹੀਂ ਨਾ ਕਰਦੇ ਓਨੀ ਦੇਰ ਤੱਕ ਸਾਡੀ ਆਲਸ ਸਾਡੀ ਸੁਸਤੀ ਦੂਰ ਨਹੀਂ ਹੁੰਦੀ। ਉੱਠ ਕੇ ਇਸ਼ਨਾਨ ਕਰਕੇ ਫਿਰ ਹੀ ਗੁਰਬਾਣੀ ਦਾ ਪਾਠ ਕਰਨਾ ਚਾਹੀਦਾ ਹੈ, ਆਪਣੇ ਪਰਮ ਪਿਤਾ ਪਰਮਾਤਮਾ ਦਾ ਧਿਆਨ ਧਰਨਾ ਚਾਹੀਦਾ ਹੈ। ਜੋ ਵੀ ਤੁਹਾਡਾ ਨੇਮ ਆ ਤੁਸੀਂ ਉਹ ਰੋਜ਼ ਬਿਨਾਂ ਨਾਗਾ ਪਾਇਆ ਨਿਭਾਉਣਾ ਹੈ। ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹਦੇ ਹੋ, ਪੰਜ ਬਾਣੀਆਂ ਦਾ ਨਿਤਨੇਮ ਕਰਦੇ ਹੋ, ਮੂਲ ਮੰਤਰ ਜੀ ਦਾ ਜਾਪ ਕਰਦੇ ਹੋ, ਉਹ ਮੁਬਾਰਕ ਆ। ਜਿਵੇਂ ਵੀ ਤੁਹਾਡਾ ਨੇਮ ਪੱਕਾ ਹੈ, ਆਪਣਾ ਨੇਮ ਨਿਭਾਉਣਾ ਹੈ ਅਤੇ ਹਰ ਦਿਨ ਨੇਮ ਵਧਾਉਣ ਦੀ ਕੋਸ਼ਿਸ਼ ਕਰਨੀ ਹੈ ਕਿ ਸਾਡੇ 5-10 ਮਿੰਟ ਵਧਣੇ ਚਾਹੀਦੇ ਨੇ। ਜਿਵੇਂ ਅਸੀਂ ਆਪਣੇ ਕਾਰੋਬਾਰ ਕੰਮ ਧੰਦੇ ਦੇ ਵਿੱਚ ਤਰੱਕੀ ਚਾਹੁੰਦੇ ਹਾਂ ਨਾ, ਉਸੇ ਤਰ੍ਹਾਂ ਸਾਨੂੰ ਅਧਿਆਤਮਕ ਜੀਵਨ ਦੇ ਵਿੱਚ ਵੀ ਤਰੱਕੀ ਕਰਦੇ ਰਹਿਣਾ ਚਾਹੀਦਾ ਹੈ ਅਤੇ ਸਵੇਰੇ ਉੱਠ ਕੇ ਸਵੇਰ ਦੀ ਸੈਰ ਕਸਰਤ ਕਰਨਾ ਬਹੁਤ ਜ਼ਰੂਰੀ ਆ। ਇਹ ਸਾਡੇ ਸਰੀਰ ਦੀ ਤੰਦਰੁਸਤੀ ਦੇ ਲਈ ਜ਼ਰੂਰੀ ਆ। ਸਵੇਰੇ ਉੱਠਦਿਆਂ ਸਾਰ ਆਪਣੇ ਆਪ ਨੂੰ ਪੋਜ਼ਿਟਿਵ ਵਿਚਾਰਾਂ ਦੇ ਨਾਲ ਭਰ ਲੈਣਾ ਚਾਹੀਦਾ ਹੈ, ਆਪਣੇ ਆਪ ਨੂੰ ਸ਼ਾਬਾਸ਼ੀ ਦੇਣੀ ਚਾਹੀਦੀ ਆ। ਕੁਝ ਲੋਕ ਕੀ ਕਰਦੇ ਆ ਕਿ ਸਵੇਰੇ ਉੱਠਦੇ ਆ ਸਾਰ ਸ਼ੀਸ਼ੇ ਅੱਗੇ ਖੜ ਕੇ ਆਪਣੇ ਆਪ ਦੇ ਵਿੱਚ ਕਮੀਆਂ ਕੱਢਣੀਆਂ ਸ਼ੁਰੂ ਕਰ ਦਿੰਦੇ ਆ ਕਿ ਮੇਰਾ ਰੰਗ ਕਿਸ ਤਰ੍ਹਾਂ ਦਾ ਹੈ, ਮੇਰੇ ਨੈਣ ਨਕਸ਼ ਕਿਸ ਤਰ੍ਹਾਂ ਦੇ ਆ, ਆਪਣੀ ਸਰੀਰਕ ਬਣਤਰ ਨੂੰ ਲੈ ਕੇ ਆਪਣੇ ਵਿੱਚੋਂ ਕਈ ਤਰ੍ਹਾਂ ਦੀਆਂ ਕਮੀਆਂ ਕੱਢ ਦਿੰਦੇ ਨੇ। ਤਾਂ ਇਹ ਗਲਤੀ ਕਦੇ ਵੀ ਨਹੀਂ ਕਰਨੀ ਚਾਹੀਦੀ। ਆਪਣੇ ਆਪ ਨੂੰ ਸ਼ਾਬਾਸ਼ ਦੇਣੀ, ਆਪਣੇ ਆਪ ਨੂੰ ਸੋਹਣੇ ਕਹਿਣਾ ਹੈ। ਇਹ ਜੋ ਵੀ ਸਰੀਰ ਸਾਨੂੰ ਮਿਲਿਆ ਇਹ ਪਰਮ ਪਿਤਾ ਪਰਮਾਤਮਾ ਦੀ ਬਣਾਈ ਹੋਈ ਰਚਨਾ ਹੈ। ਪਰਮਾਤਮਾ ਦੀ ਕੋਈ ਵੀ ਰਚਨਾ ਕਦੇ ਗਲਤ ਨਹੀਂ ਹੋ ਸਕਦੀ। ਅਸੀਂ ਆਪਣੇ ਸਰੀਰ ਦੇ ਲਈ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ, ਗਿਲੇ ਸ਼ਿਕਵੇ ਸ਼ਿਕਾਇਤਾਂ ਨਹੀਂ ਕਰਨੀਆਂ, ਆਪਣੇ ਆਪ 'ਚੋਂ ਕਮੀਆਂ ਨਹੀਂ ਕੱਢਣੀਆਂ। ਜਦੋਂ ਸਵੇਰੇ ਸਵੇਰ ਉੱਠਦੇ ਹਾਂ ਸਾਰ ਆਪਾਂ ਆਪਣੇ ਆਪ ਦੇ ਵਿੱਚੋਂ ਕਮੀਆਂ ਕੱਢਦੇ ਹਾਂ, ਤਾਂ ਬਸ ਉੱਥੇ ਹੀ ਕੰਮ ਖਰਾਬ ਹੁੰਦਾ ਹੈ। ਆਪਣੇ ਆਪ ਨੂੰ ਸ਼ਾਬਾਸ਼ ਦੇਣੀ ਆ, ਜਿਸ ਤਰ੍ਹਾਂ ਦੇ ਵੀ ਆ ਆਪਣੇ ਆਪ ਨੂੰ ਸਵੀਕਾਰ ਕਰਨਾ ਹੈ। ਆਪਾਂ ਖੁਦ ਆਪਣੇ ਆਪ ਨੂੰ ਸਵੀਕਾਰ ਕਰਾਂਗੇ ਤਾਂ ਹੀ ਦੂਸਰੇ ਸਾਨੂੰ ਸਵੀਕਾਰ ਕਰ ਪਾਉਣਗੇ। ਬਸ ਮੁੱਕਦੀ ਗੱਲ ਇਹ ਆ ਕਿ ਸਵੇਰੇ ਉੱਠਦਿਆਂ ਸਾਰ ਕੋਈ ਵੀ ਐਸਾ ਕੰਮ ਨਹੀਂ ਕਰਨਾ ਜਿਹਦੇ ਨਾਲ ਸਾਡਾ ਪੂਰਾ ਦਿਨ ਖਰਾਬ ਚੱਲਿਆ ਜਾਵੇ। ਸਵੇਰੇ ਉੱਠਦਿਆਂ ਸਾਰ ਪਰਮਾਤਮਾ ਦਾ ਨਾਮ ਲੈਣਾ ਹੈ, ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ ਹਰ ਚੀਜ਼ ਦੇ ਲਈ। ਸਵੇਰੇ ਉੱਠ ਕੇ ਇਸ਼ਨਾਨ ਕਰਨਾ ਹੈ, ਸੈਰ ਕਰਨੀ ਆ, ਕਸਰਤ ਕਰਨੀ ਆ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਯਾਦ ਕਰਨਾ ਹੈ, ਗੁਰਬਾਣੀ ਦਾ ਪਾਠ ਕਰਨਾ ਹੈ ਜਾਂ ਜੋ ਵੀ ਤੁਹਾਡਾ ਨੇਮ ਆ ਉਹ ਨੇਮ ਨਿਭਾਉਣਾ ਹੈ। ਸਵੇਰੇ ਉੱਠਦਿਆਂ ਸਾਰ ਆਪਣੇ ਆਪ ਨੂੰ ਪੋਜ਼ਿਟਿਵ ਵਿਚਾਰਾਂ ਦੇ ਨਾਲ ਭਰਨਾ ਹੈ। ਇਹ ਕੁਝ ਚੰਗੀਆਂ ਆਦਤਾਂ ਨੇ ਜੋ ਸਾਡੇ ਪੂਰੇ ਦਿਨ ਨੂੰ ਬੜਾ ਹੀ ਸੋਹਣਾ ਬਣਾ ਦੇਣਗੀਆਂ। ਅਤੇ ਹੁਣ ਗੱਲ ਕਰਦੇ ਹਾਂ ਆਪਾਂ ਰਾਤ ਨੂੰ ਸੌਣ ਤੋਂ ਪਹਿਲਾਂ ਦੀਆਂ ਕੁਝ ਚੰਗੀਆਂ ਆਦਤਾਂ ਬਾਰੇ। ਸਭ ਤੋਂ ਪਹਿਲੀ ਚੰਗੀ ਆਦਤ ਕਿ ਜੇ ਆਪਾਂ ਸਵੇਰੇ ਜਲਦੀ ਉੱਠਣਾ ਚਾਹੁੰਦੇ ਹਾਂ ਨਾ, ਤਾਂ ਰਾਤ ਨੂੰ ਸਮੇਂ ਸਿਰ ਸੌਣਾ ਪੈਣਾ ਹੈ। ਰਾਤ ਨੂੰ ਸੌਣ ਦਾ ਸਮਾਂ ਨਿਰਧਾਰਿਤ ਕਰਨਾ ਪੈਣਾ ਹੈ। ਜੇਕਰ ਆਪਾਂ ਰਾਤ ਨੂੰ 8 ਤੋਂ 9 ਦੇ ਵਿੱਚ ਸੌਂਦੇ ਹਾਂ ਤਾਂ ਸਵੇਰੇ 3 ਤੋਂ 4 ਦੇ ਵਿੱਚ ਬੜੇ ਹੀ ਆਰਾਮ ਦੇ ਨਾਲ ਜਾਗ ਆ ਜਾਵੇਗੀ। ਤਾਂ ਕੋਸ਼ਿਸ਼ ਕਰਨੀ ਹੈ ਵੀ ਸਰਦੀ ਦੇ ਦਿਨਾਂ ਦੇ ਵਿੱਚ ਰਾਤ 8 ਤੋਂ 9 ਦੇ ਵਿੱਚ ਸੌ ਜਾਈਏ ਅਤੇ ਗਰਮੀ ਦੇ ਵਿੱਚ 9 ਤੋਂ 10 ਦਾ ਸਮਾਂ ਸੈੱਟ ਕਰਨਾ ਚਾਹੀਦਾ ਹੈ। ਕਿਉਂਕਿ ਇਹ ਨਹੀਂ ਆ ਵੀ ਜੇ ਆਪਾਂ ਰਾਤ ਨੂੰ 11-12 ਜਾਂ 1 ਵਜੇ ਸੁੱਤੇ ਹਾਂ ਤਾਂ ਫਿਰ 3-4 ਵਜੇ ਉੱਠ ਪਾਵਾਂਗੇ, ਇਹ ਸੰਭਵ ਨਹੀਂ ਆ।
ਕੁਝ ਕੁ ਦਿਨ ਤਾਂ ਉੱਠ ਲਵਾਂਗੇ ਪਰ ਇਹ ਪੱਕਾ ਨੇਮ ਨਹੀਂ ਬਣ ਸਕਦਾ। ਤਾਂ ਰਾਤ ਨੂੰ ਸਮੇਂ ਸਿਰ ਸੌਣਾ ਹੈ। ਹਾਂ, ਜਿਨ੍ਹਾਂ ਦੀਆਂ ਮਜਬੂਰੀਆਂ ਨੇ ਉਹ ਤਾਂ ਚਲੋ ਮਜਬੂਰੀ ਕਰਕੇ ਲੇਟ ਸੌਂਦੇ ਨੇ, ਪਰ ਜੇ ਅਸੀਂ ਸਮੇਂ ਸਿਰ ਆਪਣੇ ਕੰਮ ਤੋਂ ਵਿਹਲੇ ਹੋ ਜਾਂਦੇ ਹਾਂ ਤਾਂ ਸਾਨੂੰ ਸਰਦੀ ਦੇ ਦਿਨਾਂ ਦੇ ਵਿੱਚ 8 ਤੋਂ 9 ਦੇ ਵਿੱਚ ਸੌਂ ਜਾਣਾ ਚਾਹੀਦਾ ਹੈ। ਕਈ ਭੈਣ ਭਰਾ ਆਪਣੇ ਕੰਮ ਤੋਂ ਤਾਂ ਸਮੇਂ ਸਿਰ ਵਿਹਲੇ ਹੋ ਜਾਂਦੇ ਆ, ਪਰ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਆ, ਟੀਵੀ ਦੇਖਦੇ ਆ, ਮੋਬਾਈਲ ਦੇ ਵਿੱਚ ਵੀਡੀਓਜ਼ ਦੇਖਦੇ ਆ ਹੋਇਆ ਆਪਣਾ ਕਿੰਨਾ ਹੀ ਸਮਾਂ ਬਰਬਾਦ ਕਰ ਲੈਂਦੇ ਨੇ। ਤਾਂ ਰਾਤ ਨੂੰ 8 ਤੋਂ 9 ਦੇ ਵਿੱਚ ਜ਼ਰੂਰ ਸੌਣਾ ਚਾਹੀਦਾ ਹੈ। ਆਪਣੇ ਮਾਇੰਡ ਨੂੰ ਮੈਸੇਜ ਦੇਣਾ ਹੈ ਕਿ ਮੈਂ ਰਾਤ ਨੂੰ 8 ਤੋਂ 9 ਦੇ ਵਿੱਚ ਸੌਣਾ ਹੈ। ਜਦੋਂ 7-8 ਦਿਨ ਆਪਾਂ ਇੱਦਾਂ ਸਮੇਂ ਸਿਰ ਸੌਣ ਦੇ ਲਈ 8 ਤੋਂ 9 ਦੇ ਵਿੱਚ ਬਿਸਤਰ 'ਤੇ ਆ ਜਾਵਾਂਗੇ ਨਾ, ਤਾਂ ਦੇਖਣਾ ਸਾਡੇ ਮਾਇੰਡ ਨੇ ਆਪਣੇ ਆਪ ਸੈੱਟ ਹੋ ਜਾਣਾ। 7 ਦਿਨਾਂ ਬਾਅਦ ਸਾਨੂੰ 8 ਤੋਂ 9 ਦਾ ਸਮਾਂ ਹੋਵੇਗਾ ਨਾ, ਤਾਂ ਨੀਂਦ ਨੇ ਪੂਰਾ ਜ਼ੋਰ ਪਾ ਦੇਣਾ। ਫਿਰ ਸਾਡੇ ਲਾਗੇ ਜਿੰਨਾ ਮਰਜ਼ੀ ਸ਼ੋਰ ਸ਼ਰਾਬਾ ਹੁੰਦਾ ਹੋਵੇ, ਫਿਰ ਕੋਈ ਪਰਵਾਹ ਨਹੀਂ ਹੁੰਦੀ, ਆਪਣੇ ਸਮੇਂ ਦੇ ਉੱਤੇ ਨੀਂਦ ਨੇ ਆ ਹੀ ਜਾਣਾ ਹੈ। ਤਾਂ ਪਹਿਲਾਂ ਆਪਾਂ ਨੂੰ ਕੋਸ਼ਿਸ਼ ਕਰਨੀ ਪੈਣੀ ਆ, ਜੇ 8 ਤੋਂ 9 ਦੇ ਵਿੱਚ ਸੌਣਾ ਚਾਹੁੰਦੇ ਹਾਂ ਤਾਂ 8 ਵਜੇ ਆਪਣੇ ਬਿਸਤਰ 'ਤੇ ਆ ਜਾਣਾ ਹੈ। ਬਿਸਤਰ ਦੇ ਉੱਪਰ ਬੈਠ ਕੇ ਇਹ ਨਹੀਂ ਵੀ ਟੀ ਵੀ ਦੇਖਦੇ ਰਹੇ, ਮੋਬਾਈਲ ਚਲਾਉਂਦੇ ਰਹੇ, ਨਾ, ਆਪਣਾ ਮੋਬਾਈਲ ਸਾਈਡ ਦੇ ਉੱਤੇ ਰੱਖ ਦੇਣਾ ਹੈ ਅਤੇ ਪਰਮਪਿਤਾ ਪਰਮਾਤਮਾ ਨੂੰ ਯਾਦ ਕਰਨਾ ਹੈ, ਕਿਉਂਕਿ ਰਾਤ ਨੂੰ ਸੌਣ ਤੋਂ ਪਹਿਲਾਂ ਪਰਮਾਤਮਾ ਨੂੰ ਯਾਦ ਕਰਨਾ ਬਹੁਤ ਜ਼ਰੂਰੀ ਆ। ਕੀਰਤਨ ਸੋਹਲਾ ਸਾਹਿਬ ਜੀ ਦੀ ਬਾਣੀ ਆਪਾਂ ਸੌਣ ਤੋਂ ਤੁਰੰਤ ਪਹਿਲਾਂ ਪੜ੍ਹਨੀ ਆ। ਉਸ ਤੋਂ ਪਹਿਲਾਂ ਆਪਾਂ ਪਰਮਪਿਤਾ ਪਰਮਾਤਮਾ ਜੀ ਦੇ ਨਾਲ ਕੁਝ ਗੱਲਾਂ ਕਰੀਏ। ਜੋ ਵੀ ਮਨ ਦੇ ਉੱਤੇ ਟੈਨਸ਼ਨ ਆ, ਬੋਝ ਆ, ਉਹ ਸਾਰੀਆਂ ਗੱਲਾਂ ਪਰਮਪਿਤਾ ਪਰਮਾਤਮਾ ਜੀ ਦੇ ਨਾਲ ਕਰ ਦੇਣੀਆਂ ਚਾਹੀਦੀਆਂ ਨੇ। ਮਨ ਇੱਕਦਮ ਹਲਕਾ ਹੋ ਜਾਂਦਾ ਹੈ, ਮਨ ਦਾ ਸਾਰਾ ਬੋਝ ਟੈਨਸ਼ਨ ਸਟ੍ਰੈਸ ਲੈ ਜਾਂਦੀ ਆ, ਕਿਉਂਕਿ ਰਾਤ ਨੂੰ ਜੇਕਰ ਆਪਾਂ ਕੋਈ ਵੀ ਟੈਨਸ਼ਨ ਸਟ੍ਰੈਸ ਨਾਲ ਲੈ ਕੇ ਸੁੱਤੇ ਤਾਂ ਸਵੇਰੇ ਉੱਠਦੇ ਆ ਸਾਰੇ ਨੇ ਸਾਡੇ ਉੱਤੇ ਫਿਰ ਤੋਂ ਪ੍ਰਭਾਵ ਪਾ ਲੈਣਾ ਹੈ। ਤਾਂ ਇਹ ਸਭ ਤੋਂ ਚੰਗੀ ਆਦਤ ਆ ਕਿ ਅਸੀਂ ਦਿਨ ਭਰ ਦੀਆਂ ਜੋ ਵੀ ਘਟਨਾਵਾਂ ਨੇ ਨਾ, ਕੋਈ ਇਕੱਲੀ ਇਕੱਲੀ ਗੱਲ ਪਰਮਪਿਤਾ ਪਰਮਾਤਮਾ ਜੀ ਦੇ ਨਾਲ ਸਾਂਝੀ ਕਰੀਏ, ਭਾਵੇਂ ਕਿ ਉਹ ਅੰਤਰਜਾਮੀ ਪਾਤਸ਼ਾਹ ਸਭ ਕੁਝ ਜਾਣਦੇ ਨੇ, ਉਹਨਾਂ ਨੂੰ ਬੋਲ ਕੇ ਦੱਸਣ ਦੀ ਲੋੜ ਨਹੀਂ, ਪਰ ਜਦੋਂ ਆਪਾਂ ਬੋਲ ਕੇ ਦੱਸਦੇ ਹਾਂ ਇਹ ਸਾਡੇ ਲਈ ਚੰਗਾ ਹੈ। ਸਾਡੇ ਮਨ ਦੇ ਬੋਝ ਟੈਨਸ਼ਨਾਂ ਲੈ ਜਾਂਦੀਆਂ ਨੇ, ਤਾਂ ਇਹ ਆਦਤ ਜ਼ਰੂਰ ਅਪਣਾਉਣੀ ਆ, ਬਹੁਤ ਫਾਇਦਾ ਮਿਲੇਗਾ, ਮਨ ਨੂੰ ਸ਼ਾਂਤੀ ਸਕੂਨ ਮਿਲੇਗਾ ਅਤੇ ਉਹਨਾਂ ਟੈਨਸ਼ਨਾਂ ਮੁਸ਼ਕਲਾਂ ਦੇ ਹੱਲ ਵੀ ਮਿਲਣਗੇ। ਜਦੋਂ ਆਪਾਂ ਆਪਣੇ ਦੁੱਖ ਦੁਨੀਆਂ ਨੂੰ ਦੱਸਦੇ ਹਾਂ ਤਾਂ ਅੱਧਿਓ ਜ਼ਿਆਦੀ ਦੁਨੀਆ ਐਸੀ ਆ ਜੋ ਸਾਡੇ ਦੁੱਖਾਂ ਦਾ ਮਜ਼ਾਕ ਬਣਾਉਂਦੀ ਆ, ਸਾਡੇ ਦੁੱਖਾਂ ਸਾਡੀਆਂ ਮਜਬੂਰੀਆਂ ਦਾ ਫਾਇਦਾ ਚੁੱਕਦੀ ਆ। ਇੱਕ ਸਾਡੇ ਮਾਂ ਬਾਪ, ਸਾਡੇ ਭੈਣ ਭਰਾ ਅਤੇ ਪਰਮਪਿਤਾ ਪਰਮਾਤਮਾ, ਇਹੀ ਸਾਡੇ ਸੱਚੇ ਦੋਸਤ ਨੇ ਜਿਨ੍ਹਾਂ ਨੂੰ ਸਾਡਾ ਅਸਲ ਦੇ ਵਿੱਚ ਦੁੱਖ ਆ, ਜਿਨ੍ਹਾਂ ਨੇ ਸਾਡੇ ਦੁੱਖਾਂ ਦੇ ਮੁਸੀਬਤਾਂ ਦੇ ਹੱਲ ਕਰਨੇ ਆ। ਤਾਂ ਪਰਮਪਿਤਾ ਪਰਮਾਤਮਾ ਜੀ ਦੇ ਨਾਲ ਇਹ ਸਾਰੀਆਂ ਗੱਲਾਂ ਜ਼ਰੂਰ ਸਾਂਝੀਆਂ ਕਰਨੀਆਂ ਨੇ, ਮਨ ਇੱਕਦਮ ਸ਼ਾਂਤ ਹੋ ਜਾਵੇਗਾ। ਸੌਣ ਤੋਂ ਪਹਿਲਾਂ ਕੀਰਤਨ ਸੋਹਲਾ ਸਾਹਿਬ ਜੀ ਦੀ ਬਾਣੀ ਪੜ੍ਹਨੀ ਆ। ਜੇਕਰ ਤੁਸੀਂ ਘੱਟ ਪੜ੍ਹੇ ਲਿਖੇ ਹੋ, ਬਾਣੀ ਦਾ ਪਾਠ ਨਹੀਂ ਕਰ ਸਕਦੇ, ਤਾਂ ਮੂਲ ਮੰਤਰ ਜੀ ਦਾ ਜਾਪ ਕਰਦੇ ਕਰਦੇ ਸੌ ਜਾਈਏ, ਵਾਹਿਗੁਰੂ ਜੀ ਜਪਦੇ ਸੌ ਜਾਈਏ, ਪਰ ਪਰਮਾਤਮਾ ਨੂੰ ਯਾਦ ਕਰਦੇ ਕਰਦੇ ਸੌਣਾ ਹੈ। ਤਾਂ ਸਵੇਰੇ ਉੱਠਦਿਆਂ ਸਾਰ ਆਪਣੇ ਆਪ ਹੀ ਮਨ ਪਰਮਪਿਤਾ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜਿਆ ਹੋਵੇਗਾ। ਰਾਤ ਨੂੰ ਸਾਦਾ ਭੋਜਨ ਛਕਣਾ ਚਾਹੀਦਾ ਹੈ ਅਤੇ ਸੌਣ ਤੋਂ 2 ਘੰਟੇ ਪਹਿਲਾਂ ਭੋਜਨ ਛਕ ਲੈਣਾ ਚਾਹੀਦਾ ਹੈ। ਭੋਜਨ ਛਕ ਕੇ ਕਦੇ ਨਾਲ ਦੀ ਨਾਲ ਲੰਮੇ ਨਹੀਂ ਪੈਣਾ ਜਾਂ ਬੈਠੇ ਨਹੀਂ ਰਹਿਣਾ। ਭੋਜਨ ਛਕ ਕੇ ਆਪਣੇ ਜੂਠੇ ਬਰਤਨ
ਰਸੋਈ ਦੇ ਵਿੱਚ ਰੱਖ ਕੇ ਆਈਏ ਜਾਂ ਫਿਰ ਆਪਣੇ ਜੂਠੇ ਬਰਤਨ ਖੁਦ ਹੀ ਸਾਫ਼ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ। ਇਹ ਆਦਤ ਸਾਨੂੰ ਜ਼ਰੂਰ ਹੋਣੀ ਚਾਹੀਦੀ ਆ। ਫਿਰ ਬਰਤਨ ਰੱਖ ਕੇ ਫਿਰ ਧੋਆ ਕੇ ਬੈਠ ਨਹੀਂ ਜਾਣਾ, ਕੁਝ ਸਮਾਂ ਟਹਿਲਣਾ ਹੈ, ਸੈਰ ਕਰਨੀ ਆ, ਫਿਰ ਆ ਕੇ ਆਪਾਂ ਆਪਣੇ ਬੈੱਡ ਦੇ ਉੱਪਰ ਆਪਣੇ ਸੋਫੇ 'ਤੇ ਬੈਠਣਾ ਹੈ। ਅਤੇ ਭੈਣਾਂ ਬੀਬੀਆਂ ਖਾਸ ਕਰਕੇ ਧਿਆਨ ਦੇਣ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੀ ਰਸੋਈ ਬਿਲਕੁਲ ਸਾਫ਼ ਸੁਥਰੀ ਹੋਵੇ। ਜੂਠੇ ਬਰਤਨ ਰੱਖ ਕੇ ਨਹੀਂ ਸੌਣਾ ਚਾਹੀਦਾ, ਰਸੋਈ ਨੂੰ ਸਾਫ਼ ਕਰਕੇ ਸੌਣਾ, ਜੂਠੇ ਬਰਤਨ ਸਾਫ਼ ਕਰਕੇ ਸੌਣਾ ਚਾਹੀਦਾ ਹੈ। ਅਤੇ ਭੈਣਾਂ ਬੀਬੀਆਂ ਦੇ ਅੱਗੇ ਇੱਕ ਹੋਰ ਬੇਨਤੀ ਕਿ ਜੇਕਰ ਪੂਰੇ ਪਰਿਵਾਰ ਦੇ ਕੱਪੜੇ ਤੁਸੀਂ ਸੈੱਟ ਕਰਦੇ ਹੋ, ਭਾਵ ਕਿ ਸਵੇਰੇ ਅਗਲੇ ਦਿਨ ਦੇ ਵਿੱਚ ਇਸ਼ਨਾਨ ਕਰਕੇ ਕਿੰਨੇ ਕਿਹੜੇ ਕੱਪੜੇ ਪਾਉਣੇ ਆ, ਇਹ ਸਭ ਕੁਝ ਤੁਸੀਂ ਦੇਖਦੇ ਆ, ਤਾਂ ਇਹ ਕੰਮ ਰਾਤ ਨੂੰ ਹੀ ਕਰਕੇ ਸੌਣਾ ਚਾਹੀਦਾ ਹੈ। ਸਾਨੂੰ ਸਵੇਰੇ ਸਵੇਰ ਕੰਮਾਂ ਦੇ ਵਿੱਚ ਆਸਾਨੀ ਹੁੰਦੀ ਆ, ਤਾਂ ਤੁਸੀਂ ਖੁਦ ਵੀ ਇਸ਼ਨਾਨ ਕਰਨਾ, ਖੁਦ ਕਿਹੜੇ ਕੱਪੜੇ ਪਹਿਨਣੇ ਆ, ਤੁਹਾਡੇ ਪਤੀ ਨੇ, ਤੁਹਾਡੇ ਬੱਚਿਆਂ ਨੇ, ਜੋ ਵੀ ਸਵੇਰੇ ਸਵੇਰ ਉੱਠਦੇ ਆ ਸਾਰੇ ਇਸ਼ਨਾਨ ਕਰਦੇ ਆ ਨਾ, ਉਹਨਾਂ ਦੇ ਕੱਪੜੇ ਰਾਤ ਨੂੰ ਹੀ ਸੈੱਟ ਕਰਕੇ ਰੱਖ ਦੇਣੇ ਚਾਹੀਦੇ ਆ, ਤਾਂ ਜੋ ਸਵੇਰੇ ਸਵੇਰ ਘਰ ਦੇ ਵਿੱਚ ਇਹ ਰੌਲਾ ਨਾ ਪਵੇ ਕਿ ਮੇਰੇ ਕੱਪੜੇ ਕਿੱਥੇ ਆ, ਮੇਰਾ ਤੌਲੀਆ ਕਿੱਥੇ ਆ, ਮੇਰਾ ਉਹ, ਤਾਂ ਇਹ ਤਿਆਰੀ ਰਾਤ ਨੂੰ ਹੀ ਕਰ ਲੈਣੀ ਚਾਹੀਦੀ ਆ। ਬਾਕੀ ਮਾਵਾਂ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਖਾਸ ਕਰਕੇ ਇਹ ਆਦਤ ਜ਼ਰੂਰ ਸਿਖਾਈਏ ਕਿ ਆਪਣੇ ਕੱਪੜੇ, ਆਪਣੇ ਜੁੱਤੇ ਚੱਪਲ, ਆਪਣੇ ਨਿੱਕੇ ਨਿੱਕੇ ਕੰਮ ਆਪਾਂ ਖੁਦ ਕਰੀਏ, ਆਪਣਾ ਸਮਾਨ ਬੱਚੇ ਆਪਣੇ ਹੱਥੀਂ ਰੱਖਣ ਅਤੇ ਹੱਥੀਂ ਚੁੱਕਣ। ਇਹ ਆਦਤ ਉਹਨਾਂ ਨੂੰ ਅੱਗੇ ਚੱਲ ਕੇ ਬਹੁਤ ਕੰਮ ਆਵੇਗੀ, ਕਿਉਂਕਿ ਆਪਾਂ ਹਰ ਵੇਲੇ ਆਪਣੇ ਬੱਚਿਆਂ ਦੇ ਨਾਲ ਨਹੀਂ ਰਹਿ ਸਕਦੇ। ਬੱਚਿਆਂ ਨੇ ਪੜ੍ਹਾਈ ਦੇ ਲਈ ਬਾਹਰ ਅੰਦਰ ਆਉਣਾ ਜਾਣਾ ਪੈਂਦਾ, ਅਤੇ ਜੇਕਰ ਆਪਾਂ ਸ਼ੁਰੂ ਤੋਂ ਹੀ ਆਪਣੇ ਬੱਚੇ ਨੂੰ ਇੱਦਾਂ ਦੀਆਂ ਆਦਤਾਂ ਸਿਖਾਵਾਂਗੇ, ਉਹ ਆਪਣੇ ਕੰਮ ਖੁਦ ਕਰਨੇ ਸ਼ੁਰੂ ਕਰ ਦੇਵੇਗਾ, ਤਾਂ ਉਹਦੇ ਲਈ ਹੀ ਵਧੀਆ ਹੈ। ਤਾਂ ਬੱਚਿਆਂ ਨੂੰ ਤਾਂ ਖਾਸ ਕਰਕੇ ਆਪਣੇ ਸਾਰੇ ਕੰਮ ਆਪ ਕਰਨ ਦੀ ਆਦਤ ਪਾਉਣੀ ਕਿ ਜਿਵੇਂ ਬੱਚੇ ਸਕੂਲ ਜਾਂਦੇ ਆ, ਤਾਂ ਉਹਨਾਂ ਨੂੰ ਕਹੋ ਕਿ ਆਪਣੀ ਜੋ ਵੀ ਤੁਹਾਡੀ ਡਰੈਸ ਆ ਉਹ ਰਾਤ ਨੂੰ ਹੀ ਤਿਆਰ ਕਰਕੇ ਸੌ, ਆਪਣੇ ਜੁੱਤੇ ਚੱਪਲ ਜੁਰਾਬਾਂ ਸਭ ਤਿਆਰ ਕਰਕੇ ਸੌ, ਤਾਂ ਜੋ ਸਵੇਰੇ ਸਵੇਰ ਇਹਨਾਂ ਚੀਜ਼ਾਂ ਨੂੰ ਲੈ ਕੇ ਰੌਲਾ ਨਾ ਪਵੇ ਘਰ ਵਿੱਚ, ਇਹਨਾਂ ਕੰਮਾਂ ਦੇ ਉੱਤੇ ਸਮਾਂ